ਕਈਆਂ ਦੀ ਹਾਲਤ ਹੁੰਦੀ ਹੈ ਪਹਿਲਾਂ ਗੁਰੂ ਅੱਗੇ ਮੱਥਾ ਟੇਕਦੇ ਰਹਿੰਦੇ ਹੈ, ਡੰਡੌਤਾਂ ਕਰਦੇ ਰਹਿੰਦੇ ਹੈ, ਜਦੋਂ ਥੋੜੇ ਜਿਹੇ ਲੋਕ ਨਾਲ ਹੋ ਗਏ ਫਿਰ ਗੁਰੂ ਨਾਲ ਹੀ ਮੱਥਾ ਲਾ ਕੇ ਬਹਿ ਜਾਂਦੇ ਆ ਸਿੱਖੀ ਭੇਸ ਦੇ ਵਿੱਚ, ਫਿਰ ਗੁਰੂ ਤੇ ਕਿੰਤੂ ਪਰੰਤੂ, ਬਾਣੀ ਤੇ ਕਿੰਤੂ ਪਰੰਤੂ, ਇਤਿਹਾਸ ਤੇ ਕਿੰਤੂ ਪਰੰਤੂ ਕਰਕੇ ਸੰਗਤ ਨੂੰ ਗੁੰਮਰਾਹ ਕਰਨਾ ਸ਼ੁਰੂ ਕਰ ਦਿੰਦੇ, ਲੋਕਾਂ ਨੂੰ ਗੁੰਮਰਾਹ ਕਰਨਾ, ਨਾਸਤਿਕਤਾ ਫੈਲਾਉਣੀ ਆਰੰਭ ਕਰ ਦਿੰਦੇ, ਸੰਗਤਾਂ ਦਾ ਯਕੀਨ ਵਿਸ਼ਵਾਸ ਤੋੜਨ ਲੱਗ ਜਾਂਦੇ ਆ ਗੁਰੂ ਤੋਂ ਹੀ ਲੈ ਕੇ ਸਾਰਾ ਕੁਛ। ਏਦਾਂ ਹੁੰਦਾ ਵੀ ਮੂਰਖ ਨੂੰ ਘਿਓ ਖਵਾ ਦਿਓ, ਰਜਾ ਦਿਓ, ਸਭ ਤੋਂ ਪਹਿਲਾਂ ਮੂਰਖ ਫਿਰ ਘਰਦਿਆਂ ਦੀਆਂ ਲੱਤਾਂ ਪਾਉਂਦਾ, ਘਰਦਿਆਂ ਦਾ ਹੀ ਸਿਰ ਪਾੜਦਾ। ਸੋ ਸੰਗਤਾਂ ਤੋਂ ਹੀ ਮਿਲੀ ਮਾਇਆ, ਗੁਰੂ ਦੀ ਕਿਰਪਾ ਸਦਕਾ ਗੁਰੂ ਤੋਂ ਹੀ ਮਿਲਿਆ ਸਭ ਕੁਛ, ਫਿਰ ਗੁਰੂ ਤੇ ਸ਼ੰਕੇ ਸੰਗਤਾਂ ਦੇ ਵਿੱਚ ਹੀ ਦੁਬਧਾ ਪਾ ਦੇਣੀ। ਗੁਰੂ ਤੇ ਕਿੰਤੂ ਪਰੰਤੂ, ਇਤਿਹਾਸ ਤੇ ਕਿੰਤੂ ਪਰੰਤੂ, ਪਿਛਲਾ ਇਤਿਹਾਸ ਜਿਹੜਾ ਹੈ ਉਹਨੇ ਆਪਣਾ ਕੁਛ ਵਿਗਾੜਿਆ ਤਾਂ ਨਹੀਂ, ਜਿੰਨਿਆਂ ਨੇ ਸੁਣਿਆ ਗੁਰੂ ਨਾਲ ਜੁੜੇ ਅੰਮ੍ਰਿਤ ਛਕਿਆ, ਹੁਣ ਨਵਾਂ ਇਤਿਹਾਸ ਕਹਿੰਦੇ ਰਚਣਾ, ਪੁਰਾਣਾ ਇਤਿਹਾਸ ਕਿਹੜਾ ਭਾਈ ਮਾੜਾ ਹੈ, ਨਵਾਂ ਰਚਣਾ ਤਾਂ ਫਿਰ ਆਪ ਰਚੋ ਨਾ, ਆਪ ਰਚੋ, ਖਲੋਵੋ ਚਰਖੜੀ ਦੇ ਥੱਲੇ ਜਾ ਕੇ, ਬੈਠੋ ਉੱਬਲ ਦੇ ਪਾਣੀ ਚ, ਆਵੋ ਰੇਲਾਂ ਦੇ ਥੱਲੇ, ਸੜੋ ਜੰਡਾਂ ਦੇ ਨਾਲ, ਗੱਲਾਂ ਕਰਨੀਆਂ ਤੇ ਬਹੁਤ ਭਾਈ ਸਿਖਾਲੀਆਂ ਨੇ ਜਿਨ੍ਹਾਂ ਨੇ ਇਤਿਹਾਸ ਰਚਿਆ ਨਾ, ਉਹਨਾਂ ਦੀ ਕਰਨੀ, ਉਹਨਾਂ ਦੇ ਜੀਵਨ ਵੱਲ ਵੇਖੋ ਕਿੰਨੇ ਦੁੱਖ ਤੇ ਕਿੰਨੀਆਂ ਔਕੜਾਂ ਝੱਲੀਆਂ ਹੋਣਗੀਆਂ। ਆਪਾਂ ਗੱਲੀ ਇਤਿਹਾਸ ਸੁਣ ਲੈਂਦੇ ਹਾਂ, ਅਸੀਂ ਸੁਣਾ ਦਿੰਦੇ ਹਾਂ, ਸਾਡੇ ਵਰਗੇ ਹੋਰ ਸੁਣਾ ਦਿੰਦੇ, ਸੁਰਤ ਦੀਆਂ ਅੱਖਾਂ ਨਾਲ ਜੇ ਦਰਸ਼ਨ ਕਰੀਏ ਨਾ, ਉਹ ਸਮਾਂ ਇੰਨੀ ਪ੍ਰੀਤ ਦੇ ਨਾਲ ਸੁਣੀਏ, ਉਹ ਸਮਾਂ ਸਾਡੀਆਂ ਅੱਖਾਂ ਮੋੜਦੀ ਲੰਘ ਜਾਣਾ ਚਾਹੀਦਾ। ਸਾਹਿਬਜ਼ਾਦਿਆਂ ਦਾ ਇਤਿਹਾਸ ਸੁਣੀਏ ਤੇ ਚਮਕੌਰ ਦੀ ਗੜੀ ਸਾਡੀਆਂ ਅੱਖਾਂ ਮੋੜਦੀ ਲੰਘੇ, ਸਾਹਿਬਜ਼ਾਦਿਆਂ ਦਾ ਇਤਿਹਾਸ ਸੁਣੀਏ ਸਰਹੰਦ ਦੀਆਂ ਨੀਹਾਂ ਠੰਡਾ ਬੁਰਜ ਸਾਡੀਆਂ ਅੱਖਾਂ ਮੋੜਦੀ ਲੰਘੇ। ਇਹ ਹੈ ਉਹ ਇਤਿਹਾਸ ਯੋਧਿਆਂ ਦਾ, ਮਰਜੀਵੜਿਆਂ ਦਾ, ਸ਼ਹੀਦਾਂ ਦਾ, ਸੰਤਾਂ ਦਾ, ਗੁਰਮੁਖਾਂ ਦਾ, ਜਿਨ੍ਹਾਂ ਨੇ ਗੁਰਦੁਆਰਿਆਂ ਦੀ ਸੇਵਾ ਸੰਭਾਲੀ, ਕੁਰਬਾਨੀਆਂ ਦਿੱਤੀਆਂ ਉਹਨਾਂ ਦਾ। ਆਪ ਨਵਾਂ ਰਚਨਾ ਨਾ, ਤੁਹਾਡੇ ਵੀ ਕੱਲ੍ਹ ਨੂੰ ਗੁਣ ਗਾਏ ਜਾਣਗੇ, ਗੁਰਮਤ ਦੇ ਅਨੁਸਾਰ ਨਵਾਂ ਇਤਿਹਾਸ ਆਪ ਬਣਾਓ, ਆਪਣੇ ਉੱਤੇ ਦੁੱਖ ਸਭੋ, ਪੰਥ ਵਾਸਤੇ ਕੁਛ ਕਰੋ, ਪੰਥ ਪ੍ਰਸਤ ਬਣ ਕੇ ਕੁਛ ਕਰੋ। ਅੱਜ ਇਤਿਹਾਸ ਉਹਨਾਂ ਦਾ ਗਾਇਆ ਜਾਂਦਾ, ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ, ਕੌਮ ਵਾਸਤੇ, ਪੰਥ ਵਾਸਤੇ ਕੀਤਾ, ਪੰਥ ਨੂੰ ਜਗਾਇਆ, ਭਿੰਡਰਾਂ ਵਾਲਾ ਸੰਤ ਸਿਪਾਹੀ ਜਿਹਨੇ ਸੁੱਤੀ ਕੌਮ ਜਗਾਈ, ਜਗਾਇਆ ਉਹਨਾਂ ਨੇ, ਤਾਂ ਉਹਨਾਂ ਦੀ ਗੱਲ ਬਾਹਰਲੇ ਗੁਰਦੁਆਰਿਆਂ ਦੇ ਵਿੱਚ ਫੋਟੋਆਂ ਲੱਗੀਆਂ ਵੱਡੀਆਂ ਵੱਡੀਆਂ। ਪਿਛਲੇ ਦਿਨ ਹੀ ਨਿੰਦਿਆ ਸ਼ੁਰੂ ਕਰਤੀ ਸੀ, ਹੌਲੀ ਹੌਲੀ ਸਮੇਂ ਦੇ ਨਾਲ ਸੱਚ ਜਿਹੜਾ ਫਿਰ ਭਾਈ ਬਾਹਰ ਆ ਜਾਂਦਾ। ਇੱਕ ਨੌਜਵਾਨ ਨੇ ਫਿਰ ਭਿੰਡਰਾਂ ਵਾਲੇ ਦੇ ਸਿਧਾਂਤਾਂ ਨੂੰ ਨੌਜਵਾਨਾਂ ਦੀ ਬੋਲੀ ਦੇ ਵਿੱਚ, ਨੌਜਵਾਨਾਂ ਦੇ ਰੂਪ ਦੇ ਵਿੱਚ ਅੱਗੇ ਰੱਖਿਆ, ਜਿਹੜਾ ਪਿਛਲੇ ਸਮੇਂ ਚਲਾਣਾ ਕਰ ਗਿਆ, ਜਾਂ ਸਰਕਾਰ ਨੇ ਖੋਲਿਆ, ਜਾਂ ਐਕਸੀਡੈਂਟ ਹੋਇਆ। ਭਾਈ ਦੀਪ ਸਿੱਧੂ, ਸੰਦੀਪ ਸਿੰਘ ਉਰਫ ਸਿੱਧੂ, ਉਹਨੇ ਸਾਰੇ ਹੱਕ ਜੋ ਸੰਤਾਂ ਨੇ ਗੱਲ ਕੀਤੀ ਸੀ, ਉਹੋ ਜਿਹੀ ਵੀ ਗੱਲ ਜਿਹੜੀ ਆ ਸੰਤਾਂ ਦੀ ਵੀ ਗੱਲ ਅੱਗੇ ਰੱਖੀ, ਤੇ ਆਪ ਉਹ ਕਹਿੰਦਾ ਵੀ ਮੈਨੂੰ ਸੰਤਾਂ ਦੇ ਬਰਾਬਰ ਮੇਰੀ ਤੁਲਨਾ ਨਾ ਕਰ ਦਿਓ, ਮੈਂ ਤਾਂ ਉਹਨਾਂ ਦੇ ਪੈਰਾਂ ਦੀ ਧੂੜ ਵਰਗਾ ਵੀ ਨਹੀਂ।
ਮਹਾਂਪੁਰਖਾਂ ਦੇ ਜੀਵਨ ਤੋਂ, ਹੋਰ ਇਤਿਹਾਸ ਦੇ ਜੀਵਨ ਤੋਂ ਸੇਧ ਲੈ ਕੇ ਮੈਂ ਤੁਹਾਨੂੰ ਦੱਸ ਰਿਹਾ ਵੀ ਅਸੀਂ ਕਿਹਦੇ ਵਾਰਸ ਹਾਂ, ਸਾਡੇ ਸਿਧਾਂਤ ਕੀ ਨੇ। ਭਾਵੇਂ ਅਜੇ ਅੰਮ੍ਰਿਤਧਾਰੀ ਨਹੀਂ ਸੀ, ਤਿਆਰ ਹੋ ਰਿਹਾ ਸੀ ਅੰਮ੍ਰਿਤ ਛਕਣ ਵਾਸਤੇ, ਹਰ ਚੀਜ਼ ਆਪਣੇ ਅੰਦਰੋਂ ਬਦਲ ਕੇ ਚੰਗੀ ਤਰ੍ਹਾਂ ਤਿਆਰੀ ਕਰਕੇ, ਜਿਵੇਂ ਕੁਦਰਤੀ ਰੱਬ ਨੇ ਬਹੁਤ ਕੁਝ ਉਹਦੇ ਤੋਂ, ਉਹਦੀਆਂ ਤਕਰੀਰਾਂ 'ਚ, ਭਾਸ਼ਣਾਂ 'ਚ, ਇੰਟਰਵਿਊਆਂ ਦੇ ਵਿੱਚ ਬਹੁਤ ਕੁਝ ਉਹਦੇ ਕੋਲੋਂ ਕਹਾ ਹੀ ਦਿੱਤਾ ਉਹਦੇ ਮੂੰਹੋਂ, ਵੀ ਮੈਂ ਅੰਮ੍ਰਿਤ ਛਕਣਾ, ਮੈਨੂੰ ਅੰਮ੍ਰਿਤ ਦੀ ਦਾਤ ਨਸੀਬ ਹੋਵੇ, ਬਾਜਾਂ ਵਾਲਾ ਕਿਰਪਾ ਕਰੇ, ਤਿਆਰ ਹੋ ਕੇ ਛਕਾਂ। ਇਹ ਨਾ ਸਮਝੋ ਵੀ ਅਸੀਂ ਅੱਜ ਉਹਦੇ ਹੱਕ 'ਚ ਬੋਲੇ, ਜਦੋਂ ਲਾਲ ਕਿਲੇ ਝੰਡਾ ਚਾੜਿਆ ਉਦੋਂ ਵੀ ਅਸੀਂ ਉਹਦੇ ਹੱਕ 'ਚ ਬਿਆਨ ਵੀ ਦਿੱਤੇ, ਉਦੋਂ ਵੀ ਬੋਲੇ ਅਸੀਂ। ਅਸੀਂ ਜਿਹਦੇ ਹੱਕ 'ਚ ਅਸੀਂ ਖਲੋਨੇ ਹਾਂ ਤਾਂ ਫਿਰ ਪੱਕਾ ਖਲੋਨੇ ਹਾਂ, ਨਹੀਂ ਜਿਹਦੀ ਗੱਲ ਨਹੀਂ ਕਰਨੀ ਫਿਰ ਉਹਦੀ ਗੱਲ ਨਹੀਂ ਕਰਨੀ। ਸੋ ਕਹਿਣ ਤੋਂ